ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਉਸ ਵਰਕਸ਼ਾਪ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਦੋ ਕਹਾਵਤਾਂ ਤੋਂ ਤੇ ਪਰਦਾ ਚੁੱਕਾਂਗੇ ਹੀ ਨਾਲ ਹੀ ਇਹ ਵੀ ਦੱਸਾਂਗੇ ਕਿ ਆਖਿਰ ਸੋਨਾ ਢਲਦਾ ਕਿੱਦਾਂ ਹੈ ਸੋਨਾ ਸਾਫ਼ ਕਿੱਦਾਂ ਹੁੰਦਾ ਹੈ ਅਸੀਂ ਹਾਂ ਉਸ ਵਰਕਸ਼ਾਪ ਦੇ ਵਿੱਚ ਜਿੱਥੇ ਸੋਨਾ ਸਾਫ਼ ਕੀਤਾ ਜਾਂਦਾ ਹੈ ਜਿੱਥੇ ਸੋਨਾ ਢਾਲਿਆ ਜਾਂਦਾ ਹੈ ਸਾਡੇ ਨਾਲ ਮਸ਼ਹੂਰ ਜਿਹੜੇ ਨੇ ਯਸ਼ਪਾਲ ਚੌਹਾਨ ਜਿਹੜੇ ਕਿ ਸਵਰਨਕਾਰ ਸੰਘ ਦੇ ਪੰਜਾਬ ਸੂਬੇ ਦੇ ਪ੍ਰਧਾਨ ਨੇ ਇਹਨਾਂ ਕੋਲ ਜਾਣਾਂਗੇ ਕਿ ਇੱਕ ਕਹਾਵਤ ਸੋਨੇ ਤੇ ਸੁਹਾਗਾ ਜਿਹੜਾ ਕਿ ਕਈ ਸਦੀਆਂ ਤੋਂ ਇਹ ਕਹਾਵਤ ਚੱਲਦੀ ਆ ਰਹੀ ਆ ਔਰ ਦੂਸਰੀ ਕਿ ਸੋਨਾ ਤਪ ਕੇ ਹੀ ਪਿਓਰ ਹੁੰਦਾ ਹੈ ਇਸ ਬਾਰੇ ਵੀ ਜਾਣਕਾਰੀ ਲਵਾਂਗੇ ਕਿ ਇਹਨਾਂ ਦੋਨਾਂ ਕਹਾਵਤਾਂ ਦਾ ਮਕਸਦ ਕੀ ਹੈ ਚੌਹਾਨ ਸਰ ਪਹਿਲੀ ਕਹਾਵਤ ਆ ਜਿਹੜੀ ਕਿ ਕਈ ਸਦੀਆਂ ਤੋਂ ਚੱਲਦੀ ਆ ਰਹੀ ਸਾਰੇ ਸੁਣਾਉਂਦੇ ਵੀ ਆ ਦੱਸਦੇ ਵੀ ਆ ਸੋਨੇ ਤੇ ਸੁਹਾਗਾ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਅਸੀਂ ਆ ਕੇ ਵੇਖਿਆ ਕਿ ਇੱਥੇ ਕੀ ਮਕਸਦ ਆ ਔਰ ਆਮ ਲੋਕਾਂ ਦੀ ਜ਼ੁਬਾਨ ਤੇ ਕੀ ਮਕਸਦ ਆ ਇਹ ਦੱਸੋ ਕਿ ਸੋਨੇ ਤੇ ਸੁਹਾਗੇ ਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਔਰ ਧੰਨਵਾਦ ਜੀ ਅੱਜ ਤੁਸੀਂ ਸਾਡੇ ਬਿਜਨਸ ਨਾਲ ਸੰਬੰਧਿਤ ਉਸ ਚੈਪਟਰ ਨੂੰ ਅੱਜ ਦੁਨੀਆਂ ਦੇ ਸਾਹਮਣੇ ਰੱਖਣ ਜਾ ਰਹੇ ਹੋ ਜਿਹਦੀ ਕਿ ਬਹੁਤ ਜ਼ਰੂਰਤ ਹੈ ਸੋ ਸੋਨੇ ਤੇ ਸੁਹਾਗੇ ਦੀ ਗੱਲ ਕੀਤੀ ਇਹ ਕਹਾਵਤ ਹੈ ਐਕਚੁਲੀ ਸੋਨਾ ਜਦੋਂ ਗਲਾਈ ਦੇ ਟਾਈਮ ਜਿਹਦਾ ਉਸ ਵੇਲੇ ਕੋਈ ਕੈਮੀਕਲ ਰਿਐਕਸ਼ਨ ਕਰਨ ਵਾਸਤੇ ਉਹਦੀ ਚਮਕ ਨੂੰ ਬਰਕਰਾਰ ਰੱਖਣ ਵਾਸਤੇ ਉੱਥੇ ਸੁਹਾਗਾ ਜਿਹੜਾ ਵੈ ਉਹਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਸੋਨੇ ਦੀ ਚਮਕ ਜਿਹੜੀ ਹੈ ਬਰਕਰਾਰ ਰਹੇ ਔਰ ਜੋ ਜਿੱਦਾਂ 916 ਹਾਲਮਾਰਕ ਲਾਏ ਮੇਲ ਮਿਕਸ ਕਰਕੇ ਜੇਵਰ ਤਿਆਰ ਕਰਨ ਵਾਸਤੇ ਸੋਨਾ ਗਲਾਈ ਵਾਸਤੇ ਜਾਂਦਾ ਹੈ ਔਰ ਸੁਹਾਗਾ ਹੀ ਇੱਕ ਐਸੀ ਚੀਜ਼ ਹੈ ਜਿਹੜਾ ਉਹ ਮਿਕਸਿੰਗ ਦੇ ਦੌਰਾਨ ਜਿਹੜਾ ਵੈ ਉਹ ਸੋਨੇ ਦੀ ਪਿਓਰਟੀ ਨੂੰ ਬਰਕਰਾਰ ਰੱਖਦਾ ਔਰ ਚਮਕ ਨੂੰ ਬਰਕਰਾਰ ਰੱਖਦਾ ਅੱਛਾ ਇਹ ਹੈ ਸੋਨੇ ਤੇ ਸੁਹਾਗਾ ਜਿਹੜੀ ਆਮ ਧਾਰਨਾ ਬਣੀ ਦੀ ਹੈ ਕੋਈ ਚੰਗਾ ਕੰਮ ਹੋ ਜਾਵੇ ਵਧੀਆ ਕੰਮ ਹੋ ਜਾਵੇ ਜਾਂ ਬੜਾ ਕੋਈ ਅੱਛਾ ਕੰਮ ਹੋ ਜਾਵੇ ਖੁਸ਼ਖਬਰੀ ਵਾਲਾ ਕੰਮ ਹੋ ਜਾਵੇ ਆਮ ਕਹਿ ਦਿੰਦੇ ਕਿ ਲੈ ਵੀ ਆਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਹਾਂਜੀ ਉਹ ਵੈਸੇ ਤਾਂ ਸੋਨਾ ਜਿਹੜਾ ਵੈਸੇ ਹੀ ਇੱਕ ਬਹੁਤ ਹੀ ਸ਼ੁਭਤਾ ਦਾ ਪ੍ਰਤੀਕ ਹੈ ਔਰ ਉਹਦੇ ਉੱਪਰ ਸੁਹਾਗਾ ਪਾ ਕੇ ਉਹਦੀ ਹੋਰ ਚਮਕ ਨੂੰ ਬਰਕਰਾਰ ਰੱਖਣਾ ਉਹ ਕਹਾਵਤ ਬਣ ਗਈ ਹੈ ਵੀ ਸੋਨੇ ਤੇ ਸੁਹਾਗਾ ਵੈਸੇ ਸੋਨਾ ਤਾਂ ਵੈਸੇ ਹੀ ਇੱਕ ਸਾਡੇ ਰੀਤੀ ਰਿਵਾਜ਼ਾਂ ਜਜ਼ਬਾਤਾਂ ਨਾਲ ਜੁੜੀ ਹੋਈ ਮੈਟਲ ਹੈ ਬਹੁਤ ਪ੍ਰੀਸ਼ੀਅਸ ਮੈਟਲ ਹੈ ਬਹੁਤ ਇਹਨੂੰ ਸਮਾਜ ਦੇ ਵਿੱਚ ਉੱਚ ਦਰਜਾ ਪ੍ਰਾਪਤ ਹੈ ਔਰ ਉਹਦੇ ਨਾਲ ਜਦੋਂ ਗਲਾਈ ਦੇ ਟਾਈਮ ਸੁਹਾਗਾ ਪੈਂਦਾ ਤਾਂ ਜੋ ਉਹਦੀ ਚਮਕ ਉਸ ਟਾਈਮ 'ਤੇ ਨਜ਼ਰ ਆਉਂਦੀ ਉਹ ਇੱਕ ਕਹਾਵਤ ਜਿਹੜੀ ਆਮ ਜੀਵਨ ਦੇ ਵਿੱਚ ਜਿਹੜੀ ਪ੍ਰਚਲਿਤ ਹੋ ਗਈ ਦੂਸਰੀ ਇੱਕ ਕਹਾਵਤ ਆਮ ਚੱਲਦੀ ਹੈ ਜਿਹੜੀ ਆ ਕੇ ਅਸੀਂ ਦੇਖੀ ਵੀ ਕਿ ਸੋਨਾ ਜਿੰਨਾ ਤਪਦਾ ਉਨਾ ਖਰਾ ਹੁੰਦਾ ਇਹਨੂੰ ਕਿੰਨਾ ਕੁ ਤਪਾਉਂਦੇ ਹੋ ਤਾਂ ਖਰਾ ਕਿੱਦਾਂ ਕਰਦੇ ਹੋ ਉਹ ਜਿਹੜੀ ਕਹਾਵਤ ਹੈ ਜਿਹੜੀ ਤਪ ਤਪ ਕੇ ਸੋਨਾ ਖਰਾ ਬਣਦਾ ਉਹ ਇੱਕ ਪੁਰਾਣੀ ਵਿਧੀ ਸੀ ਕਿ ਇਹ ਵਿਧੀ ਜਿਹੜੀ ਆਧੁਨਿਕ ਵਿਧੀ ਹੈ ਲੇਟੈਸਟ ਵਿਧੀ ਹੈ ਔਰ ਪੂਰੇ ਰਸਾਇਣਿਕ ਪ੍ਰਕਿਰਿਆ ਨਾਲ ਇਸ ਨੂੰ ਸਾਫ਼ ਕੀਤਾ ਜਾਂਦਾ ਲੇਕਿਨ ਜੋ ਪ੍ਰਾਚੀਨ ਵਿਧੀ ਹੈ ਉਹ ਸਾਡੇ ਬਜ਼ੁਰਗ ਜਿਹੜੇ ਸੀ ਸੋਨੇ ਨੂੰ ਸਭ ਤੋਂ ਪਹਿਲਾਂ ਗਲਾਈ ਕਰਕੇ ਉਹਦੇ ਪੱਤਰੇ ਕੱਢਣੇ ਪੱਤਰਿਆਂ ਦੇ ਬਾਅਦ ਇੱਕ ਖਾਸ ਤਰ੍ਹਾਂ ਦੇ ਰਸਾਇਣ ਹੁੰਦੇ ਸਨ ਜਿਸ ਤਰ੍ਹਾਂ ਨੀਲਾ ਤੋਤਾ ਹੋ ਗਿਆ ਸ਼ੁਰਾ ਹੋ ਗਿਆ ਨਸ਼ੋਦਰ ਇਹ ਚੀਜ਼ਾਂ ਨੂੰ ਮਿਕਸ ਕਰਕੇ ਅਤੇ ਉਹ ਪੱਤਰੇ 'ਤੇ ਲੇਪ ਕਰਕੇ ਅਤੇ ਉਹਨੂੰ ਤਪਾਉਂਦੇ ਸਨ ਔਰ ਤਪਾਉਣ ਦੇ ਨਾਲ ਜਿਹੜੀ ਉਹ ਰਸਾਇਣਿਕ ਪ੍ਰਕਿਰਿਆ ਹੁੰਦੀ ਸੀ ਉਹ ਜਿਹੜਾ ਵਿੱਚ ਕਾਪਰ ਹੋਣਾ ਸਿਲਵਰ ਹੋਣੀ ਉਹਨੇ ਉਹ ਕੈਮੀਕਲ ਨੇ ਉਹਨੂੰ ਖਾਈ ਜਾਣਾ ਔਰ ਸੋਨਾ ਜਿਹੜਾ ਵੈ ਉਹਨੇ ਪਿਓਰ ਹੋਈ ਜਾਣਾ ਔਰ ਤਿੰਨ ਚਾਰ ਦਫ਼ਾ ਉਹਨੂੰ ਜਦੋਂ ਦੁਹਰਾਉਂਦੇ ਸਨ ਉਸ ਚੀਜ਼ ਨੂੰ ਉਸ ਪ੍ਰਕਿਰਿਆ ਨੂੰ ਵਾਰ ਵਾਰ ਕਰਦੇ ਸਨ ਪੰਜ ਛੇ ਵਾਰੀ ਤਪਾਤ ਪਾ ਕੇ ਅਤੇ ਉਹ ਸੋਨਾ ਜਿਹੜਾ ਪੱਤਰਾ ਬਿਲਕੁਲ ਪਿਓਰ ਹੋ ਜਾਂਦਾ ਸੀ ਔਰ ਜਿਹੜਾ ਮਿਲਾਵਟ ਸੀ ਉਹ ਸਾਰੀ ਸੜ ਕੇ ਅਤੇ ਉਹਨੇ ਵਿੱਚੋਂ ਸੋਨੇ 'ਚੋਂ ਬਾਹਰ ਹੋ ਜਾਣਾ ਸੋ ਕਿੰਨੀ ਡਿਗਰੀ 'ਤੇ ਇਹਦੀ ਭੱਠੀ ਤਪਦੀ ਆ ਅਤੇ ਸੋਨਾ ਪਿਘਲ ਕੇ ਹਾਂਜੀ ਪਿਓਰ ਕੀਤਾ ਜਾਂਦਾ ਹਾਂਜੀ ਜਿਹੜਾ ਸੋਨਾ ਮੈਂ ਉਹ ਵੈਸੇ ਤਾਂ ਇਹ ਤਾਂ ਜਿਹੜੀ ਤੁਸੀਂ ਭੱਠੀ ਦੇਖ ਰਹੇ ਹੋ ਇਹ ਤਾਂ ਅੰਦਾਜ਼ੇ ਨਾਲ ਹੀ ਦੇਖ ਲੈਂਦੇ ਨੇ ਵੀ ਸੋਨੇ ਦੀ ਗਲਾਈ ਦਾ ਯਾਨੀ ਕਿ ਤਾਪਮਾਨ ਇੰਨਾ ਕੁ ਹੋ ਗਿਆ ਲੇਕਿਨ ਐਕਚੁਲੀ ਜੋ ਐਗਜੈਕਟ ਜੋ ਗਲਾਈ ਦਾ ਜਿਹੜਾ ਟੈਂਪਰੇਚਰ ਹੈ ਉਹ 1054 ਡਿਗਰੀ 'ਤੇ ਸੋਨਾ ਮੈਲਟ ਹੋ ਜਾਂਦਾ ਹੈ ਅਸੀਂ ਇਲੈਕਟ੍ਰਿਕ ਜਿਹੜੀਆਂ ਭੱਠੀਆਂ ਨੇ ਉਹ ਵੀ ਇਸਤੇਮਾਲ ਕਰਦੇ ਹਾਂ ਉੱਥੇ ਬਕਾਇਦਾ ਕਾਊਂਟਿੰਗ ਹੁੰਦੀ ਵੀ ਇੰਨਾ ਟੈਂਪਰੇਚਰ ਹੋ ਗਿਆ ਔਰ ਦੇਖੀਦਾ ਤਾਂ ਸੋਨਾ ਮੈਲਟ ਹੋ ਜਾਂਦਾ ਜੇ ਇਸ ਧਾਤੂ ਦੀ ਗੱਲ ਕੀਤੀ ਜਾਵੇ ਜਿਹਦੇ 'ਚ ਤੁਸੀਂ ਸੋਨਾ ਪਿਘਲਾਉਂਦੇ ਇਹ ਉਹ ਭਾਂਡਾ ਵਾ ਤੁਹਾਡਾ ਹਾਂਜੀ ਹਾਂਜੀ ਇਹ ਕਿਹੜੀ ਧਾਤ ਦਾ ਬਣਿਆ ਕਿ ਜਿਹੜਾ ਇੰਨੀ ਡਿਗਰੀ 'ਤੇ ਜਾ ਕੇ ਇੰਨੇ ਤਾਪਮਾਨ 'ਤੇ ਜਾ ਕੇ ਵੀ ਫਟਦਾ ਨਹੀਂ ਔਰ ਇਹਦੇ ਵਿੱਚ ਸੋਨਾ ਜੋ ਹੈ ਉਹ ਸੇਫ ਰਹਿੰਦਾ ਹਾਂਜੀ ਹਾਂਜੀ ਆਹ ਜਿਹੜੀ ਆਪਣਾ ਇਹਨੂੰ ਵੈਸੇ ਆਪਣੀ ਭਾਸ਼ਾ 'ਚ ਹੀ ਗੁਠਿਆਲੀ ਬੋਲਦੇ ਹਾਂ ਇਹ ਇੱਕ ਐਸੀ ਚੀਜ਼ ਹੈ ਜਿਹਦੇ 'ਚ ਅਸੀਂ ਇਹਦੇ 'ਚ ਮਿਕਸਿੰਗ ਵਾਲਾ ਜਾਂ ਸਿਲਵਰ ਹੋ ਗਈ ਗੋਲਡ ਹੋ ਗਿਆ ਕੋਈ ਵੀ ਮੈਟਲ ਇਹਦੇ 'ਚ ਪਾ ਕੇ ਅਤੇ ਅਸੀਂ ਉਹਨੂੰ ਜਦੋਂ ਮੈਲਟ ਕਰਨ ਵਾਸਤੇ ਰੱਖਦੇ ਹਾਂ ਭੱਠੀ 'ਚ ਔਰ ਇਹ ਗ੍ਰੇਫਾਈਟ ਸੈਰਾਮਿਕ ਇੱਕ ਐਸੀ ਮਿੱਟੀ ਹੈ ਕਿਸਮ ਦੀ ਜਿਹਦੇ ਵਿੱਚ ਸੋਨਾ ਅਗਰ ਗਲਾਈ ਦੇ ਟਾਈਮ
2000 डिग्री तक भी अगर इन्हें टैंपरेचर दे दिए तो ये फटन का खतरा नहीं होंगे। सो स्पैशल तरह की एक मिट्टी है। सो होर भी कई तरह की अपना चिकनी मिट्टी की भी कुठैली बनती है, लेकिन वो टैंपरेचर के मुताबिक ये सब तो सेफ है। ये सब तो सेफ तुम दसिया कि मिट्टी एक इस तरह भी है कि यह जो ये जी भी जो भी भाषा कुठियाली कहते हो अग तो रखी रही ये सोना पाया ना तो कभी वो अग च सोना डिग पाया तो फिर कि टाइम लग जाता एड्डी वीड्डी भट्ठी चो सोने इकट्ठा करते हैं। वैसे तो इनू समय समय सिर इन बदलते रहते हैं, लेकिन अगर कोई लालच कर ले भी बहुत यदि परत जी पतली हो जाए तो फटन का भी डर हो जाता है, लेकिन खुदा नकास्ता अगर कि फट जाती है तो फिर वो सारी भट्ठी इकट्ठा करके उन्होंने बकायदा उन्हों पानी दे विच साफ कर करके ते सोना जड़ा वा वो नीचे बैठ जाता और पूरी प्रक्रिया वा एक ओदे नाल सोना पूरा बरामद हो जाता है। मतलब बरामद कर लेंगे? हाँ हो जाता है। एक असं देखते पे कि इस जिते सोना पिघलाया जाता इतने अलग अलग तरह का पानी है, आसमानी रंग का, काले रंग का, यह पानी का कि हिस्सा? हाँ जी, ये जी सफाई जो गोल्ड न प्योरीफाई करने की एक प्रक्रिया होती है, नाइट्रिक एसिड जो मिक्स किया जाता बिच और मिक्स करके इतने तुम बोरोसिल के बर्तन देखे होने उन्होंने मिक्स करके जो हीट देंगे ने फिर जिन्ना भी वो बिच सोने तो अलावा जिन्या भी धातु मिक्स हो उन्होंने नाइट्रिक एसिड के मिक्स हो जाना, लेकिन सोना नहीं मिक्स होंगे। फिर उत्तों नाइट्रिक एसिड में जो नितारते हैं और बार बार पानी पा के उन्होंने साफ करते हैं तो इस बर्तन के इकट्ठा करी जाते हैं और उस तो बाद जड़ियाँ धातु बाकी जड़ियाँ निकल के सोने तो अलावा इस बर्तन के पानी के रूप के नज़र आ रही हैं और उन्होंने भी कढ़न की एक प्रक्रिया वा, फिर वो भी निकल आंदियां ने, चांदी भी निकल आएगी, कॉपर भी निकल आएगा। सोने से जो जो मिक्स होएगा वो अलग अलग हो जाएगा? अलग अलग, बिल्कुल बिल्कुल अलग अलग करने की एक विधि है। कर लेते हो? हाँ हो जाएगी। मतलब जो सोने से कुछ मिलावट करनी हो भी तुम कर लेंगे, जो वक्खो वक्ख करना वो भी कर लेंगे? बिल्कुल, प्रक्रिया जी अपना मिलावट करने की अगलाई हो गई तो मिक्स करो तो उन्हें मिलावट मिक्स हो जाएगी, अगर उन्होंने अलग अलग करना तो वो प्रक्रिया वक्री है। वो प्रक्रिया अज उस ही वर्कशॉप में बैठे हैं जिथे दोनों काम होंगे, दोनों काम हो जाते हैं। आम तौर पर जी आम लोगों धारणा वा कि मिलावट होती है सोने च, सोने च सुनियरे अद्धो अद्ध देंगे या 60-40 की रेशो ना देंगे या 30-70 की रेशो ना देंगे, कि यह उठी है या उ वर्कशॉप है जिद आम तौर पर कहा जाता, हम सू नहीं पता कि तुम करते हो या नहीं करते, पर आम तौर पर कहा जाता कि सोने से मिलावट होती की होंगी है? देखो सब तो पहली तो गल है भी हूँ जमाना बदल गया, गवर्नमेंट का 1 जुलाई 2021 तो एक ला भी बन गया वा भी केवल हॉलमार्क ज्वेलरी ही कोई दुकानदार जड़ा जो भी दुकानदार सोने का काम करता हॉलमार्क ज्वेलरी तो अलावा कोई ज्वेलरी नहीं बेच सकता, जिस बहुत सख्त जी सजावान का प्रावधान रखा गया और ज्वेलरी तैयार करने वास्ते जे ही 916 हॉलमार्क तैयार करना है तो वो लाइव मेल मिक्स करना पेगा और जेवर तैयार होने तो बाद फिर लैब दे विच जाना है और BIS डिपार्टमेंट वालों जो सेंटर बने हुए ने उत्ते UID नंबर लगता है और उसकी प्योरिटी चेक होंदी है, अगर 0.001% भी कितने फर्क आ गया तो वह पास नहीं होएगा। मतलब हुण मिलावट होणी बंद? बिल्कुल, जो लिखांगे जो UID पास होएगा अगर उस फर्क आएगा वो सेंटर भी जिम्मेवार, सेंटर भी कैंसल होएगा और पूरा पनिशमेंट भी मिलेगी इस चीज़ की। बहुत यशपाल चौहान ने जेडे कि स्वर्णकार संघ पंजाब सूबे के प्रधान ने, अज असी आए सा उस स्थान पर जिथे सोना ढालिया जाता पिघलाया जाता, तो इन्हों दो कहावतों तो पड़दा चुकन कि सोने के सुहागा आखिर है कि। कैमरामैन बंडी दे नाल न्यूज़ 18 पंजाब लिनी ते लूथरा बटावा।